ਤੁਸੀਂ ਵੇਖ ਸਕਦੇ ਹੋ ਕਿ ਅੱਜ ਭਾਰਤ ਜੋੜੋ ਜੱਟ ਯਾਤਰਾ ਦੇ ਸਫ਼ਰ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਹੱਥ ਫੜ ਕੇ ਸਿੱਧੂ ਮੂਸੇਵਾਲੇ ਦੇ ਬਾਪੂ ਨੇ ਲਿਆ ਹੈ ਸਾ ਤੇ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲੇ ਨੂੰ 7 ਮਹੀਨੇ ਹੋ ਗਏ ਤੇ ਅਜੇ ਤੱਕ ਕੋਈ ਅਨਸਾਫ਼ ਨਹੀਂ ਮਿਲਿਆ ਹੁਣ ਹਾਰ ਕੇ ਸਿੱਧੂ ਮੂਸੇਵਾਲੇ ਦੇ ਬਾਪੂ ਨੇ ਰਾਹੁਲ ਗਾਂਧੀ ਦਾ ਸਾਥ ਦਿੱਤਾ ਤੇ ਉਸ ਨਾਲ ਹੱਥ ਫੜ ਕੇ ਮੱਚ ਦੇ ਵਿੱਚ ਤੁਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਭਾਰੀ ਘੱਟ ਹੈ ਕੱਲ ਤੋਂ ਭਾਰਤ ਯਾਤਰਾ ਸ਼ੁਰੂ ਹੋ ਗਈ ਸੀ ਤੇ ਜਿਸ ਦੇ ਵਿੱਚ ਅੱਜ ਸਿੱਧੂ ਮੂਸੇਵਾਲੇ ਦੇ ਬਾਪੂ ਨੇ ਹਿੱਸਾ ਲਿਆ ਤੇ ਜਿਸ ਦੇ ਵਿੱਚ ਰਾਹੁਲ ਗਾਂਧੀ ਨੇ ਸਿੱਧੂ ਮੂਸੇਵਾਲੇ ਦੀ ਪਿਕਚਰ ਫੜ ਕੇ ਉਸ ਨੂੰ ਅਨਸਾਫ਼ ਦੇਣ ਦਾ ਵਾਅਦਾ ਵੀ ਕੀਤਾ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਵੀ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦਾ ਸੀ ਤੇ ਵੋਟਾਂ ਦੇ ਵਿੱਚ ਵੀ ਖੜਾ ਸੀ ਬਲਕਾ ਹਾਰ ਗਿਆ ਸੀ ਪਰ ਫੇਰ ਵੀ ਸਿੱਧੂ ਮੂਸੇਵਾਲਾ ਵੀ ਆਪਣੇ ਪੁੱਤਰ ਦੀ ਤਰ੍ਹਾਂ ਕਾਂਗਰਸ ਪਾਰਟੀ ਦੇ ਨਾਲ ਅੱਜ ਹੱਥ ਮਿਲਾ ਕੇ ਉਹਨਾਂ ਦੇ ਮੋਢੇ ਦੇ ਮੋਢਾ ਨਾਲ ਜੋੜ ਕੇ ਖੜਾ ਹੈ ਤੁਸੀਂ ਵੇਖ ਸਕਦੇ ਹੋ ਕਿ ਇਸ ਮਾਰਚ ਦੇ ਵਿੱਚ ਸਿੱਧੂ ਮੋਸੇਵਾਲੇ ਦੇ ਬਾਪੂ ਨੇ ਅੱਜ ਰਾਹੁਲ ਗਾਂਧੀ ਦੇ ਨਾਲ ਹੱਸਾ ਲਿਆ ਪਿਛਲੇ ਦਿਨੀ ਤੁਸੀਂ ਵੇਖਿਆ ਸੀ ਕਿ ਰਾਹੁਲ ਗਾਂਧੀ ਗੋਲਡਨ ਟੈਂਪਲ ਵੀ ਗਏ ਸੀਗੇ ਤੇ ਉੱਥੇ ਜਾ ਕੇ ਉਹਨਾਂ ਨੇ ਮੱਥਾ ਟੇਕਿਆ ਉਸ ਤੋਂ ਬਾਅਦ ਇਹ ਭਾਰਤ ਯਾਤਰਾ ਸ਼ੁਰੂ ਕੀਤੀ ਸੀ ਜਿਸ ਦੇ ਵਿੱਚ ਅੱਜ ਸਿੱਧੂ ਮੂਸੇਵਾਲੇ ਦੇ ਬਾਪੂ ਨੇ ਹਿੱਸਾ ਲਿਆ ਤੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਹੱਥ ਫੜ ਕੇ ਮਾਂਚ ਦੇ ਵਿੱਚ ਤੁਰਦੇ ਹੋਏ ਨਜ਼ਰ ਆ ਰਹੇ ਨੇ ਤੇ ਰਾਹੁਲ ਗਾਂਧੀ ਨੇ ਅਨਸਾਫ਼ ਸਿੱਧੂ ਮੂਸੇਵਾਲੇ ਨੂੰ ਅਨਸਾਫ਼ ਦੂਉਣ ਦੀ ਆ ਕਾਫੀ ਸਿੱਧੂ ਮੂਸੇਵਾਲੇ ਨੂੰ ਅਨਸਾਫ਼ ਦੇਣ ਦਾ ਵਾਅਦਾ ਕੀਤਾ ਕਿ ਆਪਾਂ ਰਲ ਕੇ ਅਨਸਾਫ ਜਰੂਰ ਦਵਾਵਾਂਗੇ ਸਿੱਧੂ ਮੂਸੇਵਾਲੇ ਨੂੰ ਤੁਸੀਂ ਵੇਖ ਸਕਦੇ ਹੋ ਭਾਰੀ ਗੈਨਤੀ ਦੇ ਵਿੱਚ ਇਹ ਕੱਲ ਖੰਨਾ ਤੋਂ ਚੱਲ ਕੇ ਲੁਧਿਆਣਾ ਤੇ ਲੁਧਿਆਣੇ ਤੋਂ ਅੱਜ ਇਹ ਮਾਚ ਜਿਹੜਾ ਹੈ ਖਤਮ ਹੋਣ ਜਾ ਰਿਹਾ ਹੈ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲੇ ਦੇ ਬਾਪੂ ਨੇ ਅੱਜ ਸਿੱਧੂ ਤੋਂ ਬਾਅਦ 7 ਮਹੀਨਿਆਂ ਬਾਅਦ ਅਜ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਹੈ ਪਿਛਲੇ ਦਿਨੀ ਰਾਹੁਲ ਗਾਂਧੀ ਤੁਸੀਂ ਵੇਖ ਸਕਦੇ ਹੋ ਕਿ ਰੈਡ ਟੱਬਣ ਦੇ ਨਾਲ ਗੋਲਡਨ ਟੈਂਪਲ ਦੇ ਵਿੱਚ ਗਏ ਸੀਗੇ ਉੱਥੇ ਉਹਨਾਂ ਨੇ ਮੱਥਾ ਟੇਕਿਆ ਆਪਣਾ ਸੀਸ ਨਵਾਇਆ ਗੋਲਡਨ ਟੈਂਪਲ ਦੇ ਵਿੱਚ ਤੇ ਅ ਅੱਜ ਅਸੀਂ ਦੂ ਮੋਸੇਵਾਲਾ ਦਾ ਬਾਪੂ ਉਹਨਾਂ ਦੇ ਨਾਲ ਮਾਰਚ ਦੇ ਵਿੱਚ ਟੂਰ ਰਹੇ ਨੇ ਐਸੀ ਅੱਜ ਦੀ ਵਾਇਰਲ ਵੀਡੀਓ ਇਸ ਦੇ ਬਾਰੇ ਤੁਸੀਂ ਵੀ ਕੁਝ ਕਹਿਣਾ ਹੈ ਤਾਂ ਆਪਣਾ ਕਮੈਂਟ ਜਰੂਰ ਦੇਣਾ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ